ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਦੇਖੋ ਜੀ, ਖੁਸ਼ੀਆਂ ਜੋ ਹੈ ਪੈਸਿਆਂ ਦੇ ਨਾਲ ਨਹੀਂ ਖਰੀਦੀਆਂ ਜਾਂਦੀਆਂ। ਖੁਸ਼ੀਆਂ ਡਿਪੈਂਡ ਕਰਦੀਆਂ ਹਨ ਸਾਡੀ ਪਰਿਸਥਿਤੀ ਤੇ, ਸਾਡੀ ਸਿਚੁਏਸ਼ਨ ਤੇ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ ਕਿ ਇੱਕ ਬੱਚਾ ਜਿਸ ਨੂੰ ਖੁਸ਼ੀ ਮਿਲਦੀ ਹੈ ਗੁਬਾਰਾ ਵੇਚ ਕੇ, ਉੱਥੇ ਹੀ ਦੂਸਰਾ ਬੱਚਾ ਖੁਸ਼ ਹੁੰਦਾ ਹੈ ਉਸ ਗੁਬਾਰੇ ਨੂੰ ਖਰੀਦ ਕੇ, ਤੇ ਤੀਸਰਾ ਬੱਚਾ ਉਸ ਨੂੰ ਖੁਸ਼ੀ ਮਿਲਦੀ ਹੈ ਉਸ ਗੁਬਾਰੇ ਨੂੰ ਤੋੜ ਕੇ। ਇਸ ਤਰ੍ਹਾਂ ਜੇਕਰ ਸਾਡੀ ਪਰਿਸਥਿਤੀ ਜਿਸ ਤਰ੍ਹਾਂ ਦੀ ਹੋਵੇਗੀ ਉਸੀ ਤਰ੍ਹਾਂ ਸਾਨੂੰ ਖੁਸ਼ੀ ਮਿਲਦੀ ਹੈ, ਨਾ ਕਿ ਪੈਸਿਆਂ ਦੇ ਨਾਲ। ਹਾਂਜੀ, ਇਹ ਜੋ ਮੈਂ ਐਗਜ਼ਾਮਪਲ ਦਿੱਤਾ ਹੈ ਉਹ ਲਿੰਕ ਹੈ ਅੱਜ ਦੀ ਮੇਰੀ ਵੀਡੀਓ ਦੇ ਨਾਲ। ਤੇ ਅੱਜ ਦੀ ਵੀਡੀਓ ਵਿੱਚ ਮੈਂ ਦੱਸਾਂਗੀ ਕਿ ਸਾਲ 2024 ਕੁੰਭ ਰਾਸ਼ੀ ਵਾਲਿਆਂ ਵਾਸਤੇ ਕਿਉਂ ਖਾਸ ਹੈ, ਐਸਾ ਕੀ ਹੋਣ ਵਾਲਾ ਹੈ ਕੁੰਭ ਰਾਸ਼ੀ ਵਾਲਿਆਂ ਵਾਸਤੇ ਇਸ ਸਾਲ 2024 ਵਿੱਚ, ਤੇ ਤੁਹਾਡੇ ਜੀਵਨ ਦੇ ਹੁਣ ਅੱਜ ਤੱਕ ਜਿੰਨੇ ਵੀ ਸਾਲ ਬੀਤੇ ਹਨ ਉਹਨਾਂ ਵਿੱਚੋਂ ਸਭ ਤੋਂ ਖਾਸ ਰਹੇਗਾ ਸਾਲ 2024। ਹਾਂਜੀ, ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੈ, ਇਸ ਕਰਕੇ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ। ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਿਨ੍ਹਾਂ ਨੇ ਹਾਲੇ ਤੱਕ ਮੇਰੀ ਵੀਡੀਓ ਲਾਈਕ ਨਹੀਂ ਕੀਤੀ ਹੈ, ਤਾਂ ਸਭ ਤੋਂ ਪਹਿਲੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਜੀ। ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਕਮੈਂਟ ਵਿੱਚ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ 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 ਪ੍ਰਾਪਤ ਕਰੋ ਜੀ। ਇਹ ਜਾਣਕਾਰੀ ਜੋ ਮੈਂ ਤੁਹਾਨੂੰ ਦੇ ਰਹੀ ਹਾਂ ਇਹ ਚੰਦਰ ਰਾਸ਼ੀ ਤੇ ਆਧਾਰਿਤ ਹੈ, ਮੂਨ ਸਾਈਨ ਦੇ ਉੱਤੇ ਆਧਾਰਿਤ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਜੋ ਕੁੰਭ ਰਾਸ਼ੀ ਹੈ 12 ਰਾਸ਼ੀਆਂ ਵਿੱਚੋਂ 11ਵੇਂ ਨੰਬਰ ਦੀ ਰਾਸ਼ੀ ਹੁੰਦੀ ਹੈ ਕੁੰਭ ਰਾਸ਼ੀ ਐਕੁਏਰੀਅਸ, ਤੇ ਕੁੰਭ ਰਾਸ਼ੀ ਦੇ ਸਵਾਮੀ ਹਨ ਕਰਮਦਾਤਾ ਸ਼ਨੀਦੇਵ। ਹੁਣ ਸਭ ਤੋਂ ਪਹਿਲੇ ਤਾਂ ਮੈਂ ਇਹ ਕਲੀਅਰ ਤੁਹਾਡੇ ਦਿਮਾਗ ਵਿੱਚ ਕਰਨਾ ਚਾਹੁੰਦੀ ਹਾਂ ਕਿ ਸਾਰਿਆਂ ਦੇ ਦਿਮਾਗ ਵਿੱਚ ਹੁੰਦਾ ਹੈ ਕਿ ਸ਼ਨੀ ਗ੍ਰਹਿ ਜੋ ਹੈ ਪਾਪੀ ਗ੍ਰਹਿ ਹੈ, ਤਾਂ ਜ਼ਰੂਰੀ ਨਹੀਂ ਹੁੰਦਾ ਕਿ ਜੋ ਪਾਪੀ ਗ੍ਰਹਿ ਹੁੰਦਾ ਹੈ ਉਹ ਤੁਹਾਨੂੰ ਸ਼ੁਭ ਫਲ ਨਹੀਂ ਦੇ ਸਕਦਾ, ਬਲਕਿ ਉਹ ਡਿਪੈਂਡ ਕਰਦਾ ਹੈ ਕਿ ਉਹ ਜੋ ਗ੍ਰਹਿ ਹੈ ਉਹ ਤੁਹਾਡੇ ਕਿਸ ਕੁੰਡਲੀ ਦੇ ਕਿਸ ਘਰ ਵਿੱਚ ਹੈ। ਜਿਸ ਤਰ੍ਹਾਂ ਕਿ ਸਾਲ 2024 ਵਿੱਚ ਹੁਣ ਸ਼ਨੀ ਗ੍ਰਹਿ ਹੈ, ਰਾਹੂ, ਕੇਤੂ ਤੇ ਦੇਵ ਗੁਰੂ ਬ੍ਰਹਿਸਪਤੀ ਉਹ ਤੁਹਾਡੇ ਪਹਿਲੇ, ਦੂਜੇ, ਤੀਜੇ ਤੇ ਚੌਥੇ ਘਰ ਵਿੱਚ ਰਹਿਣਗੇ। ਮਜ਼ੇ ਦੀ ਗੱਲ ਇੱਥੇ ਇਹ ਹੈ ਕਿ ਸਾਲ 2024 ਵਿੱਚ ਜੇਕਰ ਤੁਸੀਂ ਕੋਈ ਕੰਮ ਕਰ ਰਹੇ ਹੋ, ਸਮਝ ਲਓ ਤੁਸੀਂ ਕਿਸੇ ਕੋਚਿੰਗ ਵਿੱਚ ਕੁਝ ਸਿੱਖ ਰਹੇ ਹੋ, ਜਾਂ ਤੁਸੀਂ ਕੋਈ ਟਿਊਸ਼ਨ ਲੈ ਰਹੇ ਹੋ, ਜਾਂ ਤੁਸੀਂ ਕੋਈ ਕਲਾਸ ਲੈ ਰਹੇ ਹੋ, ਤਾਂ ਇਹ ਸਭ ਚੀਜ਼ਾਂ ਦੇ ਨਾਲ ਨਾਲ ਤੁਸੀਂ ਕੁਝ ਹੋਰ ਵੀ ਕਰ ਸਕਦੇ ਹੋ। ਸਾਲ 2024 ਵਿੱਚ ਇਹ ਕੇਤੂ ਕਰਵਾਏਗਾ ਤੁਹਾਡੇ ਤੋਂ, ਕਿਉਂਕਿ ਕੇਤੂ ਜੋ ਹੈ ਨਾ, ਕਿਉਂਕਿ ਕੀ ਹੁੰਦਾ ਹੈ ਕਿ ਤੁਹਾਡੇ ਵਿੱਚ ਤੁਸੀਂ ਜਿੰਨਾ ਵੀ ਕੁਝ ਸਿੱਖੋਗੇ ਨਾ, ਤਾਂ ਤੁਹਾਡੇ ਅੰਦਰ ਹੋਰ ਡੀਪ ਕੁਝ ਸਿੱਖਣ ਦੀ ਤੁਹਾਡੇ ਵਿੱਚ ਚਾਹ ਰਹੇਗੀ। ਜਿਸ ਤਰ੍ਹਾਂ ਕਿ ਕੁਝ ਰਿਸਰਚ ਕਰ ਲੈਣਾ, ਕੋਈ ਸਾਇੰਟਿਸਟ ਦਾ ਕੋਈ ਪ੍ਰੋਡਕਟ ਨੂੰ ਤੁਸੀਂ ਉਹਦੇ ਵਿੱਚ ਰਿਸਰਚ ਕਰਨਾ, ਇਸ ਤਰ੍ਹਾਂ ਦੇ ਕੰਮ ਕੇਤੂ ਤੁਹਾਨੂੰ ਸਾਲ 2024 ਵਿੱਚ ਕਰਵਾਏਗਾ। ਹੁਣ ਜੇ ਆਪਾਂ ਗੱਲ ਕਰੀਏ ਸਟੂਡੈਂਟਸ ਦੀ, ਠੀਕ ਹੈ, ਸਾਲ 2024 ਵਿੱਚ, ਤਾਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਤੁਸੀਂ ਸਾਲ 2024 ਵਿੱਚ ਕੋਈ ਜਲਦਬਾਜ਼ੀ ਨਾ ਕਰਨਾ। ਹਾਂਜੀ, ਧਿਆਨ ਨਾਲ ਸੁਣਨਾ, ਕੋਈ ਜਲਦਬਾਜ਼ੀ ਨਾ ਕਰਨਾ। ਜਿਸ ਤਰ੍ਹਾਂ ਕਿ ਜਲਦੀ ਹੀ ਕਿਸੇ ਦੀ ਗੱਲ ਤੇ ਵਿਸ਼ਵਾਸ ਕਰ ਲੈਣਾ, ਜਲਦੀ ਹੀ ਕਿਸੇ ਦੀ ਗੱਲ ਨੂੰ ਮੰਨ ਲੈਣਾ, ਕਹਿਣ ਦਾ ਭਾਵ ਸਾਰਿਆਂ ਦੀ ਸੁਣ ਲਓ ਪਰ ਤੁਸੀਂ ਆਪਣੇ ਦਿਮਾਗ ਨਾਲ ਚੱਲਣਾ ਹੈ, ਆਪਣੇ ਟੈਲੈਂਟ ਨੂੰ ਦੇਖਦੇ ਹੋਏ ਚੱਲਣਾ ਹੈ। ਜੇਕਰ ਤੁਸੀਂ ਆਪਣੇ ਟੈਲੈਂਟ ਨੂੰ ਦੇਖਦੇ ਹੋਏ ਅੱਗੇ ਵਧੋਗੇ ਤਾਂ ਤੁਹਾਨੂੰ ਸਾਲ 2024 ਵਿੱਚ, ਮੈਂ ਕਹਿੰਦੀ ਹਾਂ ਯਕੀਨ ਮੰਨ ਕੇ ਚੱਲੋ, ਤੁਹਾਨੂੰ ਇੰਨੀ ਜ਼ਿਆਦਾ ਸਫਲਤਾ ਮਿਲਣ ਵਾਲੀ ਹੈ। ਸਟੂਡੈਂਟਸ, ਕੁੰਭ ਰਾਸ਼ੀ ਵਾਲੇ, ਇਹ ਨੋਟ ਕਰਕੇ ਮੇਰੀ ਗੱਲ ਰੱਖ ਲਓ।
ਪਰ ਇੱਥੇ ਹੀ ਜੇਕਰ ਤੁਸੀਂ ਦੂਸਰਿਆਂ ਦੀ ਗੱਲਾਂ ਵਿੱਚ ਆਓਗੇ, ਦੂਸਰਿਆਂ ਦੀ ਗੱਲ ਨੂੰ ਤੋਂ ਜਲਦੀ ਇਨਫਲੂਐਂਸ ਹੋ ਜਾਓਗੇ, ਤਾਂ ਫਿਰ ਇੱਥੇ ਕੰਮ ਖਰਾਬ ਹੋ ਸਕਦਾ ਹੈ, ਕਿਉਂਕਿ ਤੁਹਾਡੀ ਜੋ ਪੜ੍ਹਾਈ ਹੈ, ਸਟੱਡੀ ਹੈ, ਬਹੁਤ ਅੱਛੀ ਦਿਖ ਰਹੀ ਹੈ, ਪਰ ਫਿਰ ਵੀ 75% ਤੁਹਾਡੀ ਸਟੱਡੀ ਦਿਖ ਰਹੀ ਹੈ, ਕਿਉਂਕਿ ਨਾਲ ਜੋ ਹੈ ਤੁਹਾਡਾ ਆਲਸ ਵੀ ਤੁਹਾਨੂੰ ਸਾਲ 2024 ਵਿੱਚ ਹੈ, ਜੋ ਪਰੇਸ਼ਾਨ ਕਰ ਸਕਦਾ ਹੈ, ਕਿਉਂਕਿ ਜਦੋਂ ਚੰਦਰਮਾ ਵਿੱਚ ਸ਼ਨੀ ਦਾ ਪ੍ਰਭਾਵ ਪੈਂਦਾ ਹੈ ਤਾਂ ਆਲਸੇ ਆਉਂਦਾ ਹੈ। ਤੁਹਾਡੀ ਇਸ ਤਰ੍ਹਾਂ ਦੀ ਮੈਂਟੈਲਿਟੀ ਕਿ ਹਾਂ ਮੈਂ ਕਰ ਲਾਂਗਾ, ਟਾਲਣਾ ਟਾਲਣਾ ਟਾਲਣਾ, ਇਸ ਦੇ ਨਾਲ ਕੀ ਹੁੰਦਾ ਹੈ, ਤੁਹਾਨੂੰ ਉਹਦੀ ਆਦਤ ਪੈ ਜਾਂਦੀ ਹੈ, ਤਾਂ ਇਹ ਕੰਮ ਤੁਹਾਨੂੰ ਪਰੇਸ਼ਾਨ ਕਰ ਦਿੰਦਾ ਹੈ। ਇੱਥੇ ਮੈਂ ਤੁਹਾਨੂੰ ਐਡਵਾਈਸ ਦੇ ਰਹੀ ਹਾਂ, ਜੋ ਸਟੂਡੈਂਟਸ ਹੈ ਤੁਹਾਡੇ ਵਾਸਤੇ ਗੌਰਮੈਂਟ ਸੈਕਟਰ ਅੱਛਾ ਰਹੇਗਾ, ਮੈਨੇਜਮੈਂਟ ਸੈਕਟਰ ਤੁਹਾਡੇ ਵਾਸਤੇ ਅੱਛਾ ਰਹੇਗਾ। ਜੇਕਰ ਤੁਸੀਂ ਕੋਈ ਗੌਰਮੈਂਟ ਇਗਜ਼ਾਮ ਦੇ ਰਹੇ ਹੋ, ਕੋਈ ਵੀ ਕੰਪੀਟੀਟਿਵ ਇਗਜ਼ਾਮ ਦੇ ਰਹੇ ਹੋ, ਤਾਂ ਸਾਲ 2024 ਵਿੱਚ 70% ਚਾਂਸਿਸ ਦਿਖ ਰਹੇ ਹਨ ਕਿ ਤੁਹਾਡੇ ਕਲੀਅਰ ਹੋਣ ਦੇ, ਕਿ ਤੁਹਾਡਾ ਉਹ ਇਗਜ਼ਾਮ ਕਲੀਅਰ ਹੋ ਜਾਏਗਾ। ਹੁਣ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਲਵ ਰਿਲੇਸ਼ਨਸ਼ਿਪ ਦੀ, ਤੁਹਾਡੇ ਰਿਸ਼ਤੇ ਨਾਤਿਆਂ ਦੀ, ਤਾਂ ਦੇਖੋ ਜੀ, ਜੋ ਮੈਰਿਡ ਲਾਈਫ ਹੈ ਤੁਹਾਡੀ, ਠੀਕ ਹੈ, ਜਿਨ੍ਹਾਂ ਦਾ ਵਿਆਹ ਹੋ ਚੁੱਕਾ ਹੈ, ਉਹਨਾਂ ਦਾ ਜੀਵਨ ਜੋ ਹੈ ਸਾਲ 2024 ਵਿੱਚ ਐਵਰੇਜ ਰਹੇਗਾ। ਕਿਉਂਕਿ ਦੇਖੋ, ਮੈਂ ਤੁਹਾਨੂੰ ਐਕੂਰੇਟ ਜਾਣਕਾਰੀ ਦੇਣਾ ਚਾਹ ਰਹੀ ਹਾਂ, ਇਹ ਨਹੀਂ ਕਿ ਮੈਂ ਤੁਹਾਨੂੰ ਦੱਸ ਦਵਾਂ ਬਹੁਤ ਸ਼ਾਨਦਾਰ ਰਹੇਗਾ ਇਸ ਤਰ੍ਹਾਂ ਦਾ, ਪਰ ਨਹੀਂ, ਦਿਖ ਰਿਹਾ ਹੈ ਕਿ ਤੁਹਾਡਾ ਜਿਹੜਾ ਵਿਵਾਹਿਕ ਮੈਰਿਡ ਲਾਈਫ ਹੈ ਉਹ ਐਵਰੇਜ ਰਹੇਗੀ। ਅਪ੍ਰੈਲ ਤੱਕ ਤਾਂ, ਅਪ੍ਰੈਲ 2024 ਤੱਕ ਤਾਂ ਤੁਹਾਡੀ ਮੈਰਿਡ ਲਾਈਫ ਥੋੜ੍ਹੀ ਠੀਕ ਰਹੇਗੀ। ਉਸ ਤੋਂ ਬਾਅਦ ਜਿਵੇਂ ਹੀ ਦੇਵ ਗੁਰੂ ਬ੍ਰਹਿਸਪਤੀ ਦੀ ਦ੍ਰਿਸ਼ਟੀ ਹਟੇਗੀ, ਤਾਂ ਉਸ ਤੋਂ ਬਾਅਦ ਤੁਹਾਡੇ ਆਰਗੂਮੈਂਟਸ ਪਾਰਟਨਰ ਨਾਲ ਵਧਣਗੇ, ਪਰਿਵਾਰਿਕ ਜਿਹੜੇ ਮੈਂਬਰਸ ਹੈ ਉਹਨਾਂ ਦੇ ਨਾਲ ਤੁਹਾਡੇ ਆਰਗੂਮੈਂਟਸ ਵਧਣਗੇ, ਇਸ ਤਰ੍ਹਾਂ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ। ਤੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ, ਤੇ ਉਹਨਾਂ ਵਾਸਤੇ ਇਹ ਯੋਗ ਬਣ ਰਹੇ ਹਨ ਕਿ ਉਹਨਾਂ ਦਾ ਸਾਲ 2024 ਵਿੱਚ ਵਿਆਹ ਹੋ ਸਕਦਾ ਹੈ, ਉਹਨਾਂ ਨੂੰ ਰਿਸ਼ਤੇ ਆਣੇ ਸ਼ੁਰੂ ਹੋ ਜਾਣਗੇ, ਰਿਸ਼ਤੇ ਆਣਗੇ, ਨਾਲ ਦੇ ਨਾਲ ਵਿਆਹ ਵੀ ਤੁਹਾਡਾ ਪੱਕਾ ਜ਼ਰੂਰ ਹੋਏਗਾ। ਹੁਣ ਗੱਲ ਕਰੀਏ ਜਿਹੜੇ ਲੋਕ ਸਿੰਗਲ ਹਨ, ਠੀਕ ਹੈ, ਲਵ ਰਿਲੇਸ਼ਨ ਦੀ ਉਹਨਾਂ ਦੀ ਗੱਲ ਕਰੀਏ, ਤਾਂ ਉਹ ਲੋਕ ਜੋ ਸਿੰਗਲ ਹਨ ਉਹਨਾਂ ਵਾਸਤੇ ਇਹ ਸਾਲ 2024 ਬਹੁਤ ਖਾਸ ਹੈ। ਇਸੇ ਕਰਕੇ ਤੁਹਾਨੂੰ ਦੱਸਿਆ ਗਿਆ ਸੀ ਵੀਡੀਓ ਦੇ ਸਟਾਰਟਿੰਗ ਵਿੱਚ ਕਿ ਕੁੰਭ ਰਾਸ਼ੀ ਵਾਲਿਆਂ ਵਾਸਤੇ ਸਾਲ 2024 ਖਾਸ ਹੈ, ਜੋ ਸਿੰਗਲ ਹਨ, ਠੀਕ ਹੈ, ਲਵ ਰਿਲੇਸ਼ਨ ਉਹਨਾਂ ਦੀ ਬਹੁਤ ਵਧੀਆ ਚੱਲਣ ਵਾਲਾ ਹੈ। ਕਿਉਂਕਿ ਦੇਖੋ, ਸ਼ਨੀ ਜੋ ਹੈ ਪਹਿਲੇ ਹਾਊਸ ਵਿੱਚ ਰਹਿਣਗੇ, ਪਰ ਰਾਹੂ ਦੂਸਰੇ ਹਾਊਸ ਵਿੱਚ ਹੋਣ ਦੇ ਕਾਰਨ ਤੁਹਾਨੂੰ ਆਪਣੀ ਵਾਣੀ ਤੇ ਬਹੁਤ ਕੰਟਰੋਲ ਰੱਖਣਾ ਹੈ। ਵੈਸੇ ਤੁਹਾਡਾ ਸਭ ਕੁਝ ਅੱਛਾ ਹੈ, ਲਵ ਰਿਲੇਸ਼ਨ ਸਭ ਅੱਛਾ ਹੈ, ਪਰ ਵਾਣੀ ਤੇ ਜੇਕਰ ਤੁਹਾਡਾ ਕੰਟਰੋਲ ਨਹੀਂ ਰਿਹਾ, ਕਿਉਂਕਿ ਰਾਹੂ ਕੀ ਕਰਵਾਉਂਦੇ ਹਨ, ਉਹ ਤੁਹਾਨੂੰ ਜ਼ਬਾਨ ਤੋਂ ਕੁਛ ਵੀ ਬੁਲਵਾਉਂਦੇ ਹਨ, ਜੋ ਰਾਹੂ ਤੁਹਾਡਾ ਹੈ ਸੈਕਿੰਡ ਹਾਊਸ ਵਿੱਚ ਚੱਲੇਗਾ, ਤਾਂ ਇਸ ਕਰਕੇ ਤੁਹਾਨੂੰ ਆਪਣੀ ਜ਼ਬਾਨ ਤੇ ਆਪਣੀ ਵਾਣੀ ਤੇ ਬਹੁਤ 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 ਜ਼ਿਆਦਾ ਕੰਟਰੋਲ ਰੱਖਣਾ ਹੈ। ਤੇ ਦੂਜਾ, ਨਸ਼ੀਲੀ ਚੀਜ਼ਾਂ ਤੋਂ ਤੁਹਾਨੂੰ ਬਿਲਕੁਲ ਬਚ ਕੇ ਰਹਿਣਾ ਹੈ, ਡਰਿੰਕ ਹੋ ਗਿਆ, ਸਮੋਕਿੰਗ ਹੋ ਗਿਆ, ਬਹੁਤ ਹੀ ਜ਼ਿਆਦਾ ਇੱਥੋਂ ਤੁਸੀਂ ਬਚ ਕੇ ਰਹਿਣਾ ਹੈ। ਮੈਂ ਇਹ ਕਿਉਂ ਕਹਿ ਰਹੀ ਹਾਂ, ਕਿਉਂਕਿ ਇਸ ਦੀ ਫਿਰ ਤੁਹਾਨੂੰ ਲੱਤ ਪੈ ਸਕਦੀ ਹੈ ਕਿ ਫਿਰ ਇਸ ਦਾ ਤੁਹਾਨੂੰ ਅਸਰ ਜੋ ਹੈ ਤੁਹਾਡੇ ਲਵ ਔਰ ਰਿਲੇਸ਼ਨਸ਼ਿਪ ਤੇ ਪੈ ਸਕਦਾ ਹੈ। ਤੇ ਉਹ ਲੋਕ ਜਿਨ੍ਹਾਂ ਦਾ ਹਾਲੇ ਕੋਈ ਲਵ ਰਿਲੇਸ਼ਨਸ਼ਿਪ ਨਹੀਂ ਹੈ, ਤਾਂ ਸਾਲ 2024 ਵਿੱਚ ਤੁਹਾਡੇ ਇਹ ਰਿਲੇਸ਼ਨ ਬਣ ਸਕਦੇ ਹਨ, ਕੋਈ ਪਾਰਟਨਰ ਤੁਹਾਨੂੰ ਸਾਲ 2024 ਵਿੱਚ ਮਿਲ ਸਕਦਾ ਹੈ। ਹੁਣ ਗੱਲ ਕਰਦੇ ਹਾਂ ਕਰੀਅਰ ਦੀ, ਜੋ ਕਿ ਸਭ ਤੋਂ ਮੇਨ ਹੈ। ਹੁਣ ਤੁਸੀਂ ਇਹ ਗੱਲ ਨੋਟ ਕਰਕੇ ਰੱਖ ਲਓ, ਜਨਵਰੀ
ਫਰਵਰੀ ਮਾਰਚ ਅਪ੍ਰੈਲ ਸਟਾਰਟਿੰਗ ਦੇ ਜਿਹੜੇ 4 ਮਹੀਨੇ ਹਨ ਉਹ 4 ਮਹੀਨਿਆਂ ਵਿੱਚ ਤੁਹਾਨੂੰ ਕਰੀਅਰ ਵਿੱਚ ਬਹੁਤ ਜ਼ਿਆਦਾ ਸਫਲਤਾ ਮਿਲਣ ਵਾਲੀ ਹੈ। ਕਹਿਣ ਦਾ ਮਤਲਬ ਕੋਈ ਟੈਨਸ਼ਨ ਨਹੀਂ ਹੋਏਗੀ। ਪਰ ਉਸ ਤੋਂ ਬਾਅਦ ਜੂਨ ਜੁਲਾਈ ਅਗਸਤ ਇਹਨਾਂ 3 ਮਹੀਨਿਆਂ ਵਿੱਚ ਤੁਹਾਨੂੰ ਆਪਣੇ ਕਰੀਅਰ ਨੂੰ ਲੈ ਕੇ ਆਪਣੇ ਬਿਜ਼ਨਸ ਨੂੰ ਲੈ ਕੇ ਥੋੜ੍ਹੀ ਟੈਨਸ਼ਨ ਹੋ ਸਕਦੀ ਹੈ, ਐਨਜ਼ਾਈਟੀ ਹੋ ਸਕਦੀ ਹੈ, ਘਬਰਾਹਟ ਹੋ ਸਕਦੀ ਹੈ। ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਡੇ ਸੀਨੀਅਰਸ ਦੇ ਨਾਲ, ਤੁਹਾਡੇ ਬੌਸ ਦੇ ਨਾਲ ਤੁਹਾਡੇ ਆਰਗੂਮੈਂਟ ਹੋ ਸਕਦੇ ਹਨ। ਕਹਿਣ ਦਾ ਮਤਲਬ ਇਹ 3 ਮਹੀਨੇ ਤੁਹਾਨੂੰ ਆਪਣੇ ਕਰੀਅਰ ਵਿੱਚ ਧਿਆਨ ਦੇਣਾ ਹੈ, ਕੇਅਰਫੁੱਲ ਰਹਿਣਾ ਹੈ। ਉਸ ਤੋਂ ਬਾਅਦ ਫਿਰ ਅਗਸਤ ਤੋਂ ਫਿਰ ਤੋਂ ਤੁਹਾਡੀ ਜਿਹੜਾ ਕਰੀਅਰ ਹੈ, ਬਿਜ਼ਨਸ ਹੈ, ਜੌਬ ਹੈ, ਸਭ ਵਧੀਆ ਚੱਲੇਗਾ, ਬਹੁਤ ਜ਼ਿਆਦਾ ਸਫਲਤਾ ਮਿਲੇਗੀ। ਅਤੇ ਨਾਲ ਦੇ ਨਾਲ ਇੱਥੇ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਸੈਪਟੈਂਬਰ ਤੋਂ ਪਹਿਲੇ ਜੇਕਰ ਤੁਸੀਂ ਆਪਣੇ ਕਰੀਅਰ ਵਿੱਚ ਕੋਈ ਪਰਿਵਰਤਨ ਕਰਨ ਦੀ ਸੋਚ ਰਹੇ ਹੋ, ਚੇਂਜ ਕਰਨਾ ਸੋਚ ਰਹੇ ਹੋ, ਜੌਬ ਨੂੰ ਚੇਂਜ ਕਰਨਾ ਸੋਚ ਰਹੇ ਹੋ, ਤਾਂ ਸੈਪਟੈਂਬਰ ਤੋਂ ਪਹਿਲੇ ਪਹਿਲੇ ਉਹ ਵੀ ਚੇਂਜ ਹੋ ਸਕਦਾ ਹੈ, ਪਰਿਵਰਤਨ ਹੋ ਸਕਦਾ ਹੈ, ਇਸ ਦੇ ਵੀ ਯੋਗ ਨਜ਼ਰ ਆ ਰਹੇ ਹਨ। ਸੋ ਇਹ ਜੋ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਇਹ ਖਾਸ ਹੈ ਕੁੰਭ ਰਾਸ਼ੀ ਵਾਲਿਆਂ ਵਾਸਤੇ ਸਾਲ 2024। ਇਸ ਤੋਂ ਬਾਅਦ ਹੋਰ ਵੀ ਅਸੀਂ ਵੀਡੀਓ ਲਿਆਉਂਦੇ ਰਹਾਂਗੇ ਕੁੰਭ ਰਾਸ਼ੀ ਵਾਲਿਆਂ ਦੇ ਨਾਲ, ਜੋ ਜੋ ਅੱਛਾ ਨਾ ਅੱਛੇ ਦੀ ਤਾਂ ਜਾਣਕਾਰੀ ਦਿੰਦੇ ਹਾਂ, ਜੇਕਰ ਨਾਲ ਕੁਛ ਤੁਹਾਡੇ ਨਾਲ ਘੱਟ ਵੱਧ ਵੀ ਹੋਣ ਵਾਲਾ ਹੁੰਦਾ ਹੈ ਉਸਦੀ ਵੀ ਤੁਹਾਡੇ ਵਾਸਤੇ ਜਾਣਕਾਰੀ ਲੈ ਕੇ ਆਵਾਂਗੇ, ਤਾਂ ਕਿ ਤੁਸੀਂ ਉਸ ਤੋਂ ਪਹਿਲੇ ਹੀ ਤੁਹਾਨੂੰ ਅਸੀਂ ਵਾਰਨਿੰਗ ਦੇ ਦਿੰਦੇ ਹਾਂ, ਚੇਤਾਵਨੀ ਦੇ ਦਿੰਦੇ ਹਾਂ ਕਿ ਤੁਸੀਂ ਇਹ ਉਪਾਅ ਕਰਕੇ ਜੋ ਤੁਹਾਡੇ ਨਾਲ ਕੁਛ ਗਲਤ ਵੀ ਹੋਣ ਵਾਲਾ ਹੈ ਉਹ ਤੁਸੀਂ